ਦਾ ਕਰਾ ਦੇ ਸੁਦੇ ਪਾਤ ਸਾ ਜਿਹੜੇ ਤੇਰਾ ਨਾਮ ਜਪਦੇ ਮੇਲਾ ਉਹਨਾਂ ਦਾ ਜਿਹੜੇ ਤੇਰਾ ਕੀ ਨਾਮ ਜਪਦੇ ਜਿਹੜੇ ਤੇਰਾ ਕੀ ਤੇਰਾ ਨਾਮ ਜਪਦੇ ਉਹਨਾਂ ਦਾ ਕਰਾ ਦੇ ਸੱਚੇ ਪਾਤਸ਼ਾਹ ਜਿਹੜੇ ਤੇਰਾ ਨਾਮ ਜਪਦੇ ਸਾਡੇ ਸਹੀ ਹਾਂ ਡੰਡੇਂਦੀ ਜਗ ਸਵਾਇਆ ਜਨ ਨਾਨਕ ਬਿਰਲੇ ਕਈ ਪਰਮ ਸਤਿਕਾਰ ਜੋ ਸਤ ਸੰਗਤ ਜੀ ਆਪ ਜੀ ਜਿਤਨੇ ਵੀ ਸਰਬੱਤੀ ਮਾਈ ਅਤੇ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਖ ਉਹਨਾਂ ਮਹਾਂਪੁਰਖਾਂ ਦੀ ਸਲਾਨਾ ਯਾਦ ਦੇ ਅੰਦਰ ਜੁੜ ਬੈਠੇ ਹੋ ਸਾਰੀ ਸੰਗਤ ਗੁਰੂ ਕਿਆਂ ਦੀ ਗੁਰੂ ਫਤਿਹ ਨੂੰ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੂਸਰੇ ਦਿਨ ਦੇ ਦੀਵਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ 'ਚ ਸੱਜ ਚੁੱਕੇ ਨੇ। ਮੇਰੇ ਤੋਂ ਪਹਿਲਾਂ ਗੁਰਮੁਖ ਪਿਆਰਿਆਂ ਨੇ ਆਪ ਜੀ ਨੂੰ ਗੁਰਬਾਣੀ ਦੇ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ। ਆਓ ਕੁਛ ਸਮਾਂ ਜੋ ਲਾਈਟ ਦਾ ਪ੍ਰਬੰਧ ਸੀ ਉਹਦੇ ਵਿੱਚ ਕੁਝ ਕਮੀ ਆਈ, ਆਪਾਂ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਕੋਈ ਨਾਮ ਜਪਿਆ। ਆਪ ਜੀ ਨੇ ਪਹਿਲਾਂ ਸ਼ਬਦ ਪੜ੍ਹਿਆ ਸੀ, ਗੁਰਮੁਖ ਪਿਆਰੇ ਪੜ੍ਹਦੇ ਸਨ ਭਗਤ ਕਬੀਰ ਸਾਹਿਬ ਜੀ ਦਾ। ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਪੜ੍ਹਿਆ ਸੀ, ਕਬੀਰ ਚੰਦਨ ਕਾ ਵਿਰਵਾ ਪਲਾ ਬੇੜਿਓ ਢਾਕ ਪਲਾਸ, ਹੋਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਇੱਕ ਚੰਦਨ ਦਾ ਬਾਵਨ ਚੰਦਨ ਆਖਿਆ ਜਾਂਦਾ, ਛੋਟਾ ਜਿਹਾ ਬੂਟਾ ਹੁੰਦਾ ਹੈ। ਔਰ ਸੰਗਤ ਜੀ ਕਹਿੰਦੇ ਉਹ ਸਾਰੀ ਬਨਸਪਤੀ ਨੂੰ ਹੌਲੀ ਹੌਲੀ ਆਪਦਾ ਰੂਪ ਦੇ ਦਿੰਦਾ ਹੈ। ਭਗਤ ਕਬੀਰ ਸਾਹਿਬ ਜੀ ਨੂੰ ਪ੍ਰੇਮੀ ਪੁੱਛਦੇ ਨੇ ਕਿ ਭਗਤ ਜੀ ਤੁਸੀਂ ਬਚਨ ਕੀਤਾ ਕਿ ਸਾਰੀ ਬਨਸਪਤੀ ਚੰਦਨ ਬਣ ਜਾਂਦੀ ਹੈ, ਕੋਈ ਇਹੋ ਜਿਹਾ ਦਰਖਤ ਵੀ ਹੈ ਜਿਹੜਾ ਕੋਲ ਰਹਿ ਕੇ ਵੀ ਚੰਦਨ ਨਾ ਬਣ ਸਕੇ, ਉਹਦੀ ਮਹਿਕ ਕਬੂਲ ਨਾ ਕਰ ਸਕੇ? ਭਗਤ ਕਬੀਰ ਸਾਹਿਬ ਜੀ ਕਹਿੰਦੇ ਹਾਂ ਇੱਕ ਹੈ। ਕਬੀਰ ਬਾਂਸ ਵਡਾਈ ਬੁੱਢਿਆ ਇਹੋ ਮਤ ਬੁੱਢੋ ਕੋਏ, ਚੰਦਨ ਕਹਿ ਨਿਕਟੈ ਵਸੈ ਬਾਸ ਸੁਗੰਧ ਨਾ ਹੋਏ।
कहिंदे एक बांस दा बूटा है उह सारी जिंदगी चंदन दे कोल भी रही चले पर उह चंदन नहीं बन सकदा, मैं कबूलदा नहीं। पर इन्ना को उहनूं माण जरूर है भी इह कोल रहिंदा है बनस्पति दे। मैं आप जी का ज़्यादा लंबा समा नहीं लैना, सिर्फ 10 मिनट के विचार के नाल